ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਖੜੇ ਹਾਂ ਡੀ ਮਾਰਟ, ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਬਰਨਾਲੇ ਵਾਲਾ ਗਾ। ਜਦੋਂ ਧਨੌਲੇ ਤੋਂ ਹੰਡਿਆਏ ਤੋਂ ਬਰਨਾਲੇ ਨੂੰ ਅੰਦਰ ਨੂੰ ਵੜਦੇ ਹਾਂ, 500 ਮੀਟਰ ਦੀ ਦੂਰੀ 'ਤੇ ਆ। ਅੰਦਰ ਚੱਲ ਕੇ ਤੁਹਾਨੂੰ ਸਾਰੀਆਂ ਆਈਟਮਾਂ 'ਤੇ ਦਿਖਾਉਣੇ ਆ ਕੀ ਡਿਸਕਾਊਂਟ ਲਾਇਆ ਹੋਇਆ ਇਹਨਾਂ ਨੇ, ਸਾਰੀਆਂ ਚੀਜ਼ਾਂ ਦਿਖਾਵਾਂਗੇ, ਜੁੜੇ ਰਹੋ ਵੀਡੀਓ ਨਾਲ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਐਂਟਰੀ ਕੀਤੀ, ਜਦੋਂ ਐਂਟਰੀ ਕਰਨ ਸਾਰ ਹੀ ਬਿਸਕੁਟ ਨਜ਼ਰ ਆਏ, ਜਿਹੜੇ ਕਿ 240 ਰੁਪਏ ਦਾ ਇੱਕ ਸੀ, ਇੱਕ ਨਾਲ ਇੱਕ ਫ੍ਰੀ, ਮਤਲਬ 120 ਰੁਪਏ ਦਾ ਇੱਕ ਰਹਿ ਗਿਆ ਕਿਲੋ ਦਾ, ਇੱਕ ਕਿਲੋ ਸੀ ਇਹ। ਅਤੇ ਸਾਰਿਆਂ 'ਤੇ ਡਿਸਕਾਊਂਟ ਲੱਗੇ ਹੋਏ ਸੀ, ਕਿਸੇ ਨਾਲ ਇੱਕ ਨਾਲ ਇੱਕ ਫ੍ਰੀ, ਕਿਸੇ ਦੇ 20%, 30%, 20 ਰੁਪਏ ਔਫ, ਇਸ ਤਰ੍ਹਾਂ ਦੇ। ਉਸ ਤੋਂ ਅੱਗੇ ਲੈ ਕੇ ਚੱਲਦੇ ਜੀ ਤੁਹਾਨੂੰ, ਅਤੇ ਉਸ ਤੋਂ ਬਾਅਦ ਵੈਫਰ ਆ ਗਏ ਬੱਚਿਆਂ ਦੇ ਖਾਣ ਵਾਲੇ, 50 ਰੁਪਏ MRP, ਇੱਕ ਨਾਲ ਇੱਕ ਫ੍ਰੀ। ਜ਼ਿਆਦਾਤਰ ਆਈਟਮਾਂ ਇਹਨਾਂ ਕੋਲ ਬਹੁਤ ਜ਼ਿਆਦਾ ਆਈਟਮਾਂ ਜਿਹੜੀਆਂ ਇੱਕ ਨਾਲ ਇੱਕ ਫ੍ਰੀ, ਜਿਸ ਤਰ੍ਹਾਂ ਇਹ ਬਿਸਕੁਟ ਨੇ ਇੱਕ ਨਾਲ ਇੱਕ, ਇਹ ਵੀ ਫ੍ਰੀ ਹੈਗੇ। ਅਤੇ ਇਹਦੀ MRP ਹੈਗੀ 35 ਰੁਪਏ, 35 'ਚ 2 ਮਿਲਦੇ ਹੈਗੇ, ਬਾਜ਼ਾਰ ਦੇ ਵਿੱਚ ਇੱਕ ਮਿਲੂਗਾ। ਅਤੇ ਇਸ ਤਰ੍ਹਾਂ ਇਹਨਾਂ ਕੋਲ ਬਹੁਤ ਵੱਡਾ ਜਿਹੜਾ ਗਰਾਊਂਡ ਬਣਿਆ ਹੋਇਆ ਹੈਗਾ, ਜਿਹੜਾ ਰਿਟੇਲ ਦੇ ਵਿੱਚ ਆ, ਤੁਸੀਂ ਕਿੰਨੀ ਵੀ ਸ਼ੋਪਿੰਗ ਕਰ ਸਕਦੇ ਹੋ। ਕਾਜੂ 300, ਬਦਾਮ 317 ਰੁਪਿਆਂ ਦੇ ਅੱਧਾ ਕਿਲੋ, ਇਸ ਤਰ੍ਹਾਂ ਪੈਕਟ ਬਣਾਏ ਹੋਏ ਇਹਨਾਂ ਦੀ। ਇਹ ਜੂਸ ਆ ਗਿਆ, ਇੱਕ ਨਾਲ ਇੱਕ ਫ੍ਰੀ ਹੈ ਵੀ ਨੈਚੁਰਲ ਦਾ। ਅਤੇ ਉਸ ਤੋਂ ਬਾਅਦ ਇਹ ਥੋੜ੍ਹਾ ਜਿਹਾ ਮਹਿੰਗਾ ਲੱਗਿਆ ਮੈਨੂੰ, ਜੈਗਰੀ ਹੈਗੀ, ਚਾਹੇ ਉਹ ਕ੍ਰਸ਼ ਦੇ ਵਿੱਚ ਹੋਵੇ ਚਾਹੇ ਪਾਊਡਰ ਹੋਵੇ। ਉਸ ਤੋਂ ਬਾਅਦ ਆ ਗਿਆ ਜੀ, ਇਹ ਆ ਗਏ ਅਗਰਬੱਤੀਆਂ, ਇਹ ਇੱਕ ਨਾਲ ਇੱਕ ਹਰੇਕ ਫ੍ਰੀ ਸੀਗੀ, ਜਿਵੇਂ ਚੰਦਨ ਵਾਲੀ ਸੀਗੀ, 65 ਰੁਪਏ ਸੀ, ਇੱਕ ਨਾਲ ਇੱਕ ਫ੍ਰੀ। ਬਹੁਤ ਜ਼ਿਆਦਾ ਆਈਟਮਾਂ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਨੇ, ਜਿਹੜੀਆਂ ਕਿ ਇੱਕ ਨਾਲ ਇੱਕ ਫ੍ਰੀ ਵਾਲੀਆਂ। ਇਹ ਰੋਜ਼ ਵਾਲੀ ਆ ਗਈ, ਗੁਲਾਬ ਵਾਲੀ ਆ ਗਈ, ਅਤੇ ਉਸ ਤੋਂ ਬਾਅਦ ਟੈਡੀ, ਇਹਨਾਂ ਦੇ ਦਿਨ ਤਾਂ ਲੰਘ ਗਏ ਪਰ ਫਿਰ ਵੀ ਇਹ 999 ਰੁਪਏ 'ਚ ਵੱਡਾ, 499 ਰੁਪਏ 'ਚ ਛੋਟਾ। ਬੱਚਿਆਂ ਦੀ ਫੁੱਟਬਾਲ ਹੈਗੀ, 379 ਰੁਪਏ ਦੇ ਵਿੱਚ, ਅਤੇ 349 ਰੁਪਏ ਦੇ ਵਿੱਚ ਵੀ ਡੀ ਮਾਰਟ ਦੇ ਪ੍ਰਾਈਜ਼ ਨੇ ਇਹ। ਅਤੇ ਉਸ ਤੋਂ ਬਾਅਦ ਆ ਗਏ ਜੀ ਆਪਾਂ ਕੱਪੜਿਆਂ ਦੀ ਕਲੈਕਸ਼ਨ ਦੇ ਵਿੱਚ, ਕੱਪੜਿਆਂ ਦੀ ਕਲੈਕਸ਼ਨ ਇਹਨਾਂ ਕੋਲ ਬਹੁਤ ਜ਼ਿਆਦਾ ਗਈ, ਸਾਰੀ ਦਿਖਾਵਾਂਗੇ ਤੁਹਾਨੂੰ। ਇਹ ਗਰਲਸ਼ ਦੀ ਆ ਗਈ, ਛੋਟੇ ਬੱਚਿਆਂ ਦੀ ਕਹਿ ਸਕਦੇ ਹਾਂ ਆਪਾਂ, 7 ਸਾਲ 8 ਸਾਲ ਦੇ ਬੱਚੇ ਦੀ, ਜਿਹੜੀ ਕਿ 349 ਰੁਪਏ ਦੀ ਹੈਗੀ ਅਤੇ 399 ਰੁਪਏ ਦਾ। ਇਸ ਤਰ੍ਹਾਂ ਜੀਨਸ ਦੇ ਵਿੱਚ ਆ ਗਈ, ਅਤੇ ਪ੍ਰੀਮੀਅਮ ਦੀਆਂ ਆਈਟਮਾਂ ਨੇ। ਜੇਕਰ ਤੁਸੀਂ ਮੈਗਾ ਮਾਰਟ ਦੀ ਮੇਰੀ ਉਹ ਦੇਖੀ ਆ, ਵਿਸ਼ਾਲ ਮੈਗਾ ਮਾਰਟ ਦੀ ਵੀਡੀਓ, ਉਹਦੇ 'ਤੇ ਰੇਟ ਕੰਪੇਅਰ ਕਰਕੇ ਕਮੈਂਟ ਜ਼ਰੂਰ ਦੱਸਿਓ ਵੱਧ ਅੱਗੇ ਘੱਟ ਆ। ਇਹ 11 ਸਾਲ ਤੋਂ 12 ਸਾਲ ਦੇ ਬੱਚੇ ਦੀ 180 ਰੁਪਏ ਦੀ ਟੀ ਸ਼ਰਟ ਹੈਗੀ। ਗਰਲਸ਼ ਆ ਗਈ ਇੱਧਰ, ਜਿਵੇਂ ਕਿ ਟੌਪ ਹੋਏ, ਫਰੋਕਾਂ ਹੋਈਆਂ, ਆ ਦੇਖ ਸਕਦੇ ਹੋ ਤੁਸੀਂ, ਬਹੁਤ ਸਾਰੀ ਵਰਾਇਟੀ ਇਹਨਾਂ ਕੋਲ। ਅਤੇ 200-250 ਪਰ ਮੈਨੂੰ ਵਿਸ਼ਾਲ ਮੈਗਾ ਮਾਰਟ ਦੇ ਰੇਟ ਡੀ ਮਾਰਟ ਨਾਲੋਂ ਘੱਟ ਲੱਗੇ, ਇਹਨਾਂ ਦੇ ਰੇਟ ਥੋੜ੍ਹੇ ਜਿਹੇ ਮੈਨੂੰ ਜ਼ਿਆਦਾ ਲੱਗੇ। ਬਾਕੀ ਤੁਸੀਂ ਵੀ ਕਮੈਂਟ ਦੇ ਵਿੱਚ ਦੱਸਿਓ, ਜੇ ਵਿਸ਼ਾਲ ਮੈਗਾ ਮਾਰਟ ਦੀ ਹਜੇ ਤੱਕ ਤੁਸੀਂ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਦੇਖਿਓ। ਉਸ ਤੋਂ ਬਾਅਦ ਜੀ ਡੈਕੋਰੇਸ਼ਨ ਕੀਤੀ ਹੋਈ ਸੀ, ਜੈਂਟਸ ਸ਼ਰਟਾਂ ਦੇ ਆ ਜੀ, ਇਹ 300 ਰੁਪਏ ਦੀ ਹੈਗੀ, ਜਿਨ੍ਹਾਂ ਦੀ MRP 500 ਹੈਗੀ। ਅਤੇ ਇਹਨਾਂ ਦਾ ਕੱਪੜਾ ਮੈਨੂੰ ਵਧੀਆ ਲੱਗਿਆ, ਫੀਲ ਕੀਤਾ ਕੱਪੜਾ ਬਹੁਤ ਮੁਲਾਇਮ ਲੱਗਿਆ, 300 ਰੁਪਏ ਦੇ ਵਿੱਚ ਜੈਨੂਨ ਜਿਹਾ ਰੇਟ ਸੀਗਾ। ਉਸ ਤੋਂ ਬਾਅਦ ਜੀ ਆ ਗਏ ਪੈਂਟ ਸਟਾਈਲ ਲੋਅਰ ਕਹਿੰਦੇ ਇਹਨੂੰ ਆਪਾਂ, 599 ਰੁਪਏ, ਮੈਨੂੰ ਥੋੜ੍ਹਾ ਮਹਿੰਗਾ ਲੱਗਿਆ ਰੇਟ। 399 ਰੁਪਏ ਦੀ ਸ਼ਰਟ ਓਪਨਲੀ ਲੱਗੀਆਂ ਹੋਈਆਂ ਇਹਨਾਂ ਕੋਲ, ਸਾਈਜ਼ ਸਾਰੇ ਨੇ ਇਹਦੇ 'ਚ, MLXL। ਅਤੇ ਉਸ ਤੋਂ ਬਾਅਦ ਟੀ ਸ਼ਰਟ ਮੈਨੂੰ ਵਧੀਆ ਲੱਗੀ, 200 ਰੁਪਏ ਦੇ ਵਿੱਚ, 199 ਰੁਪਏ 'ਚ, ਅਤੇ ਬਹੁਤ ਸਾਰੇ ਪ੍ਰਿੰਟ ਸੀ ਇਹਦੇ 'ਚ, ਅਤੇ ਇਸ ਤਰ੍ਹਾਂ ਬਹੁਤ ਸਾਰਾ ਲੱਗਿਆ ਹੋਇਆ। ਅਤੇ ਇੱਕ ਹੋਰ ਟੀ ਸ਼ਰਟ 'ਤੇ ਨਜ਼ਰ ਪਈ, ਜਿਹੜੀ ਕਿ ਵਿਦਾਊਟ ਘੱਟ ਪ੍ਰਿੰਟ ਸੀਗਾ, ਜਿਹੜਾ ਕਿ 129 ਰੁਪਏ ਦੀ ਸੀਗੀ, ਉਹਦੇ 'ਚ ਮੈਨੂੰ ਕੋਈ ਜ਼ਿਆਦਾ ਡਿਫਰੈਂਟ ਨਹੀਂ ਲੱਗਿਆ। ਇਹ 129 ਰੁਪਏ ਦੀ, ਉਹ ਪਹਿਲਾਂ 199 ਰੁਪਏ ਦੀ। ਅਤੇ ਉਸ ਤੋਂ ਬਾਅਦ ਜੀ ਜੀਨਸਾਂ ਆ ਗਈਆਂ, ਇਹਦੇ ਸਾਰੇ ਸਾਈਜ਼ ਮਿਲ ਜਾਂਦੇ, ਜਿਸ ਤਰ੍ਹਾਂ 34 ਸਾਈਜ਼ ਹੈਗਾ, 499 ਰੁਪਏ ਦੀ, ਕੋਈ ਬਾਰਗਨਿੰਗ ਨਹੀਂ ਕਰਨੀ, 499 ਰੁਪਏ। ਉਸ ਤੋਂ ਬਾਅਦ ਜੀ ਐਨਕਾਂ ਆ ਗਈਆਂ, ਅਤੇ ਤੁਹਾਡੇ ਵਧੀਆ ਲੱਗਦੀਆਂ ਹੋਣਗੀਆਂ ਪਰ ਮੇਰੇ ਵਧੀਆ ਨਹੀਂ ਲੱਗੀਆਂ। ਅਤੇ ਇਹ ਵਾਲਾ ਜਿਹੜਾ ਪ੍ਰਾਈਜ਼ ਟੈਗ ਸੀਗਾ, ਇਹ ਵਿੱਚ ਆ ਰਿਹਾ ਸੀਗਾ। ਉਸ ਤੋਂ ਬਾਅਦ ਇਹ ਦੱਸਿਓ ਮੈਨੂੰ ਕੀ ਹੈਗਾ, ਗਰਲਸ਼ ਵਾਸਤੇ ਆ, ਲੇਡੀਜ਼ ਵਾਸਤੇ ਚੁੰਨੀਆਂ ਹੈਗੀਆਂ ਕਿ ਕੀ ਆਈਟਮ ਆ ਇਹ, ਇਸ ਤਰ੍ਹਾਂ ਗੰਢਾਂ ਜੀਆਂ ਮਾਰ ਕੇ ਰੱਖੀਆਂ ਹੋਈਆਂ। ਅਤੇ ਲੇਡੀਜ਼ ਕੁੜਤੇ 199 ਰੁਪਏ ਦਾ, ਇਹਦਾ ਰੇਟ ਮੈਨੂੰ ਠੀਕ ਲੱਗਿਆ, 200 ਰੁਪਏ ਦੇ ਵਿੱਚ ਕੋਈ ਮਾੜਾ ਨਹੀਂ ਗਾ, ਲੇਡੀਜ਼ ਕੁੜਤੇ 200-200 ਰੁਪਏ ਦੇ। ਅਤੇ ਬਹੁਤ ਸਾਰੀ ਵਰਾਇਟੀ ਇਹਨਾਂ ਕੋਲ, ਜਿਹੜੀ ਕਿ ਹਰ ਇੱਕ ਘਰ ਦੇ ਵਿੱਚ ਕਰੋਕਰੀ ਹੋ ਗਈ, ਹੋਰ ਹੋ ਗਈ, ਹਰ ਇੱਕ ਆਈਟਮ ਮਿਲ ਜਾਣੀ ਆ। ਅਤੇ ਹੁਣ ਆਪਾਂ ਜਿਹੜੀ ਅੱਗੇ ਕੱਪੜੇ ਦੀ ਕਲੈਕਸ਼ਨ ਦਿਖਾ ਰਹੇ ਹਾਂ, ਲੇਡੀਜ਼ ਕੁੜਤੇ, ਇਸ ਤਰ੍ਹਾਂ ਬਹੁਤ ਸਾਰੇ ਡਿਜ਼ਾਇਨ ਪਏ ਸੀ। ਉਸ ਤੋਂ ਬਾਅਦ ਬੱਚੇ ਦੀ ਚੱਪਲ ਆ ਗਈ 149 ਰੁਪਏ ਦੀ, ਬਹੁਤ ਸਾਰੇ ਡਿਜ਼ਾਇਨ ਸੀ, ਡੋਰੇਮੋਨ, ਛੋਟਾ ਬੀਮ, ਇਸ ਤਰ੍ਹਾਂ ਦੇ ਬਹੁਤ ਸਾਰੇ ਡਿਜ਼ਾਇਨ ਪਾਏ ਹੋਏ ਸੀ ਇਹਦੇ 'ਤੇ। 99 ਰੁਪਏ ਦੇ ਵਿੱਚ ਲੇਡੀਜ਼ ਚੱਪਲ, ਜਿਹਦੇ 'ਚ ਕਾਫੀ ਸਾਰੀਆਂ ਫੈਂਸੀ ਆਈਟਮਾਂ ਸੀਗੀਆਂ, ਓਨਲੀ 99 ਰੁਪਏ। ਉਸ ਤੋਂ ਬਾਅਦ ਜੀ 169 ਦੀ ਆ ਗਈ, ਇਸ ਤਰ੍ਹਾਂ ਦੀਆਂ ਚੱਪਲਾਂ, ਫੈਂਸੀ ਚੱਪਲਾਂ ਆ ਗਈਆਂ, ਜਿਹੜੀ ਕਿ 169 ਰੁਪਏ ਦੀ ਆ, ਫਿਕਸ ਪ੍ਰਾਈਜ਼ ਇਹਨਾਂ ਦਾ। ਬਹੁਤ ਸਾਰੇ ਡਿਜ਼ਾਇਨ ਸੀ ਇਹਦੇ 'ਚ, ਬਹੁਤ ਸਾਰੀ ਕਲੈਕਸ਼ਨ ਲੱਗੀ ਹੋਈ ਸੀ। ਉਸ ਤੋਂ ਬਾਅਦ ਜੈਂਟਸ ਚੱਪਲ ਆ ਗਈ, ਜਿਹ 'ਚ ਬਹੁਤ ਸਾਰੀਆਂ ਕੰਪਨੀਆਂ ਸੀ, ਹਵਾਈ ਹੋ ਗਈ ਅਤੇ ਪੈਰਾਗੋਨ ਹੋ ਗਈ, ਲਾਈਟ ਹੋ ਗਈ, ਆ ਦੇਖੋ ਜੀ ਫਲੀਟ ਦੀਆਂ ਹੋ ਗਈਆਂ, ਬਹੁਤ ਸਾਰੀਆਂ ਇਹਨਾਂ ਦੇ ਵਿੱਚ ਜੀ 292 ਰੁਪਏ ਫਲੀਟ ਦੀ ਹੋ ਗਈ, ਹੈ ਨਾ, 20% 10% ਲੈਸ ਲੱਗਿਆ ਹੋਇਆ ਸੀ ਕੰਪਨੀ ਦੇ। ਉਸ ਤੋਂ ਬਾਅਦ 249 ਰੁਪਏ ਦੀ, ਇਸ ਤਰ੍ਹਾਂ ਦੀ ਬਹੁਤ ਲਾਈਟ ਵੇਟ, ਜਿਹੜੇ ਕਿ ਇਹਨੂੰ ਕੀ ਕਹਿੰਦੇ ਆ, ਪਰ ਕਾਬੀ ਚੱਪਲਾਂ ਜੋ ਵੀ ਆ ਲੇਡੀਜ਼ ਦਾ,
₹249 ਦੇ ਵਿੱਚ ਇਹ ਬਹੁਤ ਸਾਰੀ ਆਈਟਮ ਇਹਨਾਂ ਕੋਲ ਲੱਗੀ ਹੋਈ ਹੈਗੀ। ਡੀ ਮਾਰਟ ਬਹੁਤ ਜਗ੍ਹਾ 'ਤੇ ਵੱਡੇ ਸ਼ਹਿਰਾਂ ਦੇ ਵਿੱਚ ਆ ਅਤੇ ਇਹ ਸਿਰਫ ਹੀ ₹99 ਦੇ ਵਿੱਚ ਆ। ਅਤੇ ਉਸ ਤੋਂ ਬਾਅਦ ਜੀ ਟੋਏ ਕਲੈਕਸ਼ਨ ਆ ਗਈ ਸਾਰੀ ਬੱਚਿਆਂ ਦੀ। ਉਸ ਤੋਂ ਬਾਅਦ ਟੋਵਲ ਵਾਲੇ ਪਾਸੇ ਆ ਗਏ ਆਪਾਂ, ਜਿੱਦਾਂ ਟੋਵਲ ਲੱਗੇ ਹੋਏ ਨੇ ਸਟਾਰਟਿੰਗ ਇਹਨਾਂ ਕੋਲ ਹੈਗੀ ਹੈ 69 ਤੋਂ ਉੱਤੋਂ ਜਿਹੜੀ ਹੈਂਡ ਟੋਵਲ ਨੇ, ਅਤੇ ਮੈਕਸੀਮਮ ਇਹਨਾਂ ਕੋਲ ਮੈਨੂੰ ਐਂ ਲੱਗਦਾ 500-600 ਰੁਪਏ ਦੇ ਵਿੱਚ ਟੋਵਲ ਨੇ। ਅੱਜ ਦੇਖੋ ਜੀ ਬਿਗ ਟੋਵਲ ਆ ਗਿਆ 99 ਰੁਪਏ ਦੇ ਵਿੱਚ, ਅਤੇ ਬਹੁਤ ਸਾਰੀ ਟੋਵਲ ਦੀ ਕਲੈਕਸ਼ਨ ਇਹਨਾਂ ਕੋਲ ਲੱਗੀ ਹੋਈ ਆ। ਬਹੁਤ ਜ਼ਿਆਦਾ ਵਰਾਇਟੀ ਪਈ ਹੈ ਕਵਰ ਕਰਨ ਵਾਲੀ, ਉਹ ਰਹਿ ਗਈ ਵੀਡੀਓ 'ਚ। ਖਾਣ ਪੀਣ ਦੀਆਂ ਆਈਟਮਾਂ ਸਾਰੀਆਂ ਦੇ ਉੱਤੇ ਡਿਸਕਾਊਂਟ ਆ, ਪਲਾਸਟਿਕ ਦੀ ਸਾਰੀ ਵਰਾਇਟੀ ਪਈ ਹੈਗੀ ਘਰ 'ਚ ਯੂਜ ਹੋਣ ਵਾਲੀ, ਪਰ ਇਹਨਾਂ ਦੇ ਇਕੱਲੇ ਇਕੱਲੇ ਦੇ ਰੇਟ ਮੈਨਸ਼ਨ ਕਰਨੇ ਮੁਸ਼ਕਿਲ ਨੇ, ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰ ਲਿਓ। ਉਸ ਤੋਂ ਬਾਅਦ ਕਿਚਨ ਦੀ ਸਾਰੀ ਕਰੋਕਰੀ ਆ ਗਈ, ਜਿਸ ਤਰ੍ਹਾਂ ਕਿ ਇਹ ਫਰਾਈ ਪੈਨ ਹੈਗਾ ਸਿਰਫ ਹੀ 250-300 ਰੁਪਏ ਦਾ ਸੀ ਨੋਨ ਸਟਿੱਕ, ਅਤੇ ਇਸ ਦੇ ਉੱਪਰ ਵੀ ਇੱਕ ਲੱਗਿਆ ਹੋਇਆ ਸੀਗਾ ਇਹ ਵਾਲਾ, ਹਾਂ ਇਹ 299 ਰੁਪਏ ਦਾ ਸੀ, ਉੱਪਰਲਾ 429 ਰੁਪਏ ਦਾ ਸੀ। ਕੱਪਾਂ ਦੀ ਵਰਾਇਟੀ ਬਹੁਤ ਜ਼ਿਆਦਾ ਇਹਨਾਂ ਕੋਲ, ਕੱਪ ਬਹੁਤ ਜ਼ਿਆਦਾ ਪਏ ਨੇ, ਇਹ 149 ਰੁਪਏ ਦਾ ਕੱਪ ਆ, ਕੌਫੀ ਕੱਪ ਕਹਿੰਦੇ ਉਹਨੂੰ ਆਪਾਂ, ਅਤੇ ਇਹ 99 ਰੁਪਏ ਦਾ ਸੈੱਟ ਸੀ ਜਿਹਦੇ ਵਿੱਚ 6 ਕੱਪ, ਬਹੁਤ ਫੈਂਸੀ ਸੀਗੇ ਕਿਸੇ ਨੂੰ ਗਿਫਟ ਕਰਨੇ ਵਗੈਰਾ, ਤਾਂ ਵਧੀਆ ਚੀਜ਼ ਹੈਗੀ। ਕੱਪਾਂ ਦੀ ਦੇਖੋ ਕਿੰਨੀ ਜ਼ਿਆਦਾ ਕਲੈਕਸ਼ਨ ਲੱਗੀ ਹੋਈ ਆ, ਸਾਰੇ ਅਲੱਗ ਅਲੱਗ ਰੇਟ ਦੇ ਆ, 19-20 ਰੁਪਏ ਤੋਂ ਸਟਾਰਟਿੰਗ ਹੋ ਗਏ। ਇਹ ਪਰ ਪੀਸ ਹੈਗਾ 21 ਰੁਪਏ ਦਾ ਕੌਫੀ ਕੱਪ। ਉਸ ਤੋਂ ਬਾਅਦ ਕੱਪਾਂ ਦੀ ਵਰਾਇਟੀ ਬਹੁਤ ਜ਼ਿਆਦਾ ਤੁਹਾਨੂੰ ਦਿਖਾਈ ਹੈਗੀ, ਹੋਰ ਵੀ ਇਹ ਜਿਸ ਤਰ੍ਹਾਂ ਕੁੱਲੜ ਆ ਗਏ, 21-21 ਰੁਪਏ ਦਾ ਸੀਗਾ ਕੁੱਲੜ ਸਿੰਗਲ ਪੀਸ, ਅਸ ਦੇਖ ਸਕਦੇ ਹੋ, ਅਤੇ ਪ੍ਰੀਮੀਅਮ ਕੁਆਲਿਟੀ ਸੀਗੀ। ਉਸ ਤੋਂ ਬਾਅਦ ਕੱਚ ਦੇ ਗਲਾਸ ਆ ਗਏ ਜੀ, 199 ਰੁਪਏ ਦਾ ਸੈੱਟ ਆ 6 ਪੀਸਾਂ ਦਾ, ਇਹ ਵੀ ਇਹਨਾਂ ਦੀ ਆਪਦੀ ਮੈਨੂਫੈਕਚਰਿੰਗ ਹੈਗੀ। ਦਹੀਂ ਵਾਲੇ ਇਹ ਡੋਂਗੇ ਜੇ ਆ ਗਏ ਚੀਨੀ ਦੇ ਨੇ, ਅਤੇ ਇਹ ਸਿਰਫ ਹੀ 45 ਰੁਪਏ ਦਾ, 55 ਰੁਪਏ MRP ਇਹਦੇ 'ਤੇ, ਤੁਸੀਂ ਚੈੱਕ ਕਰ ਸਕਦੇ ਹੋ, ਡਿਜ਼ਾਇਨਿੰਗ ਬਹੁਤ ਸੋਹਣੀ ਹੋਈ ਹੋਈ ਹੈ ਇਹਦੇ 'ਤੇ। ਉਸ ਤੋਂ ਬਾਅਦ ਕੰਚ ਦੇ ਇਸ ਤਰ੍ਹਾਂ ਜੀ ਡਰਾਈ ਫਰੂਟ ਵਾਲੇ ਉਹ ਆ ਗਏ, ਅਤੇ ਇਸ ਤਰ੍ਹਾਂ ਇਹ ਤੋਂ ਬਾਅਦ ਆਲੂ ਗੋਭੀ ਗਾਜਰਾਂ ਜਿਹੜੀਆਂ ਫਰੀਜ ਕਰਕੇ ਰੱਖੀਆਂ ਹੁੰਦੀਆਂ ਨੇ, ਉਹ ਆ ਤੁਸੀਂ ਘਰ 'ਚ ਬਾਅਦ 'ਚੋਂ ਬਣਾ ਸਕਦੇ ਹੋ ਐਮਰਜੈਂਸੀ ਵੇਲੇ। ਇਲੈਕਟ੍ਰੋਨਿਕ ਦਾ ਸਾਰਾ ਸਮਾਨ ਆ, ਪਰ ਇਕੱਲੇ ਇਕੱਲੇ ਦਾ ਰੇਟ ਮੈਨਸ਼ਨ ਕਰਨਾ ਮੁਸ਼ਕਿਲ ਹੈਗਾ, 10%-20% ਲੈਸ। ਅਤੇ ਫਰਿੱਜਾਂ ਦੇ ਵਿੱਚ ਇਸ ਤਰ੍ਹਾਂ ਸਬਜ਼ੀਆਂ ਲਾਈਆਂ ਹੋਈਆਂ ਇਹਨਾਂ ਨੇ ਕੱਟ ਕੇ, ਪਲਾਸਟਿਕ ਦੀਆਂ ਆਈਟਮਾਂ ਤੁਹਾਨੂੰ ਦਿਖਾਤੀਆਂ, ਇਹ ਰਸੋਈ ਦੀਆਂ ਸਾਰੀਆਂ ਆਈਟਮਾਂ ਆ ਗਈਆਂ, ਆਹ ਦੇਖੋ ਜੀ ਇਸ ਤਰ੍ਹਾਂ। ਪਰ ਆਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਕੀ ਆਈਟਮ ਹੈਗੀ, ਮੇਰੇ ਸਮਝ ਨਹੀਂ ਆਈ। 69 ਰੁਪਏ ਦੀ ਸੀ, 69 ਰੁਪੀਸ ਪਰ ਇੰਚ ਆ ਗਈ, ਅਤੇ ਆਹ ਸਪੈਸ਼ਲੀ ਹੋਲੀ ਆ ਰਹੀ ਆ, ਸਾਰਿਆਂ ਨੂੰ ਐਡਵਾਂਸ 'ਚ ਹੈਪੀ ਹੋਲੀ। ਅਤੇ ਕਲਰ ਕਲੈਕਸ਼ਨ ਬਹੁਤ ਜ਼ਿਆਦਾ ਲੱਗੀ ਹੋਈ ਹੈ ਇਹਨਾਂ ਕੋਲ, ਸਪੈਸ਼ਲੀ ਹੋਲੀ ਵਾਸਤੇ ਇਹਨਾਂ ਨੇ ਐਡੀ ਹੋਰ ਰੱਖਿਆ, ਸਰਫ ਸਾਬਣ ਦਾ ਵੀ ਇੱਕ ਅਲੱਗ ਹੀ ਸੈਕਸ਼ਨ ਬਣਾ ਰੱਖਿਆ ਇਹਨਾਂ ਨੇ ਜੀ, ਅਤੇ ਸਾਰਿਆਂ 'ਤੇ 10%-20% ਲੈਸ ਆ। ਅਤੇ ਬਹੁਤ ਸਾਰੀਆਂ ਆਈਟਮਾਂ ਇਹਨਾਂ ਕੋਲ ਜਿਹੜੀਆਂ ਇੱਥੇ ਪਈਆਂ ਨੇ, ਠੰਡਿਆਂ 'ਤੇ ਗਰਮੀ ਆ ਗਈ, ਇਹਨਾਂ 'ਤੇ ਵੀ ਬਹੁਤ ਲੈਸ ਹੈਗਾ। ਭੁਜੀਆ ਪਕੌੜੀ 'ਤੇ ਬੰਨ ਗੈਟ ਬੰਨ ਫਰੀ ਹੈਗਾ, ਦੇਖੋ ਇਹ 167 ਰੁਪਏ ਦਾ ਇੱਕ ਹੈਗਾ, ਇੱਕ ਨਾਲ ਇੱਕ ਫਰੀ ਹੈਗਾ, ਕਿਲੋ ਪਏ ਹੋ ਜੂਗਾ। ਗਰਮੀ 'ਚ ਰਸ਼ਨਾ ਵਗੈਰਾ ਬਣਾਉਂਦੇ ਹੋ ਤੁਸੀਂ ਹੈ ਨਾ, ਇਹ ਵੀ ਇੱਕ ਨਾਲ ਇੱਕ ਫਰੀ ਆ। ਅਸੀਂ ਬਾਹਰ ਆਏ, ਪੌਪਕੋਰਨ ਖਾਧੇ, 10 ਰੁਪਏ ਦਾ ਪੌਪਕੋਰਨ ਆ, 15 ਰੁਪਏ ਦਾ ਪੌਪਕੋਰਨ ਹੈਗਾ, ਅਤੇ ਫਿਰ ਅਸੀਂ ਸੌਫਟੀ ਲਈ ਜਿਹੜੀ ਕਿ 10 ਰੁਪਏ ਦੀ, 15 ਰੁਪਏ ਦੀ ਸੌਫਟੀ ਆ, 10 ਰੁਪਏ ਦਾ ਐਡਾ ਪੈਕਟ ਆ ਜਿਹੜਾ ਪੌਪਕੋਰਨ ਦਾ ਹੈਗਾ। ਫਾਈਨਲੀ ਅਸੀਂ ਅੰਦਰੋਂ ਤਾਂ ਕੁਛ ਨਹੀਂ ਲਿਆ, ਬਾਹਰੋਂ 30 ਰੁਪਏ ਦਾ ਬਿੱਲ ਕਟਾ ਕੇ 2 ਸੌਫਟੀਆਂ ਲੈਤੀਆਂ, ਅਤੇ ਸੌਫਟੀਆਂ ਖਾ ਕੇ ਇੰਜੋਏ ਐਂਡ ਹੋ ਗਿਆ। ਅਤੇ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਜੀ, ਸਮਾਨ ਬਹੁਤ ਸਸਤਾ ਹੈਗਾ। ਅਗਲੀ ਵੀਡੀਓ 'ਚ ਬਹੁਤ ਜਲਦੀ ਮਿਲਦੇ ਹਾਂ, ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।